ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਨੂੰਨ ਮੁਤਾਬਕ ਲੋਕਾਂ ਦੀ ਸਹੂਲਤ ਵਾਸਤੇ ਜਦੋਂ ਵੀ ਕੋਈ ਰਾਹ ਗਲੀ ਜਾਂ ਕੋਈ ਸੜਕ ਕੋਈ ਹਾਈਵੇ ਕੋਈ ਵੱਡੇ ਮਾਰਗ ਬਣਦੇ ਨੇ ਤਾਂ ਉੱਥੇ ਵੱਡੀ ਗੱਲ ਇਹ ਧਿਆਨ ਰੱਖਣ ਯੋਗ ਹੁੰਦੀ ਹੈ ਕਿ ਸਰਕਾਰਾਂ ਪ੍ਰਸ਼ਾਸਨ ਉਹਨਾਂ ਦੇ ਹੇਠਲੇ ਅਫਸਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਰਾਹਾਂ ਦੇ ਉੱਤੇ ਕਿਹੜੇ ਕਿਹੜੇ ਵਾਤਾਵਰਣ ਨੂੰ ਜਿਉਂਦਾ ਰੱਖਣ ਵਾਲੇ ਦਰਖਤ ਨੇ ਜਿਨ੍ਹਾਂ ਦੇ ਰਾਹੀਂ ਲੋਕਾਂ ਨੂੰ ਛਾਂ ਮਿਲਦੀ ਹੈ, ਸਾਹ ਮਿਲਦਾ ਹੈ, ਫਲ ਅਤੇ ਫੁੱਲ ਮਿਲਦੇ ਨੇ, ਮੰਜਾ ਪੀੜਾ ਮਿਲਦਾ ਹੈ ਅਤੇ ਮਰਨ ਵੇਲੇ 2.5 ਕੁਇੰਟਲ ਵੀ ਮਿਲਦਾ। ਬੇਸ਼ੱਕ ਸੜਕ ਟੇਢੀ ਕਰਨੀ ਪਵੇ, ਖਾਸ ਕਰ ਜਿੱਥੇ ਸੈਰ ਕਰਨ ਵਾਲੀਆਂ ਚੀਜ਼ਾਂ ਨੇ ਉੱਥੋਂ ਬਿਲਕੁਲ ਨਹੀਂ ਹਿਲਾਏ ਜਾਂਦੇ। ਔਰ ਕਾਨੂੰਨ ਮੁਤਾਬਕ ਇਹ ਵੀ ਹੈ ਵੀ ਜੇ ਬੜੀ ਤੁਹਾਡੀ ਕੋਈ ਪਰੇਸ਼ਾਨੀ ਦਿੱਕਤ ਆ ਰਹੀ ਹੈ ਉਸ ਜਗ੍ਹਾ ਤੋਂ ਦਰਖਤ ਪੁੱਟ ਕੇ ਦੂਜੀ ਜਗ੍ਹਾ 'ਤੇ ਲਾਇਆ ਜਾ ਸਕਦਾ ਹੈ, ਪਰ ਉਹਨਾਂ ਦੀ ਵੱਢ ਟੁੱਕ ਨਹੀਂ ਕੀਤੀ ਜਾ ਸਕਦੀ। ਹੁਣ ਇੱਕ ਪਾਸੇ ਕਾਨੂੰਨ ਇਹ ਕਹਿ ਰਿਹਾ, ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦਾ ਵਚਨ ਰੋਜ਼ ਪੰਜਾਬ ਦੇ ਲੋਕ ਦੁਨੀਆਂ ਭਰ ਵਿੱਚ ਦਿਨ 'ਚ ਕਈ ਵਾਰ ਪੜ੍ਹ ਕੇ ਆਖਦੇ ਨੇ ਪੌਣ ਗੁਰੂ। ਪੌਣ ਗੁਰੂ ਤੋਂ ਭਾਵ ਗੁਰੂ ਕੇ ਬਾਗ, ਸਾਡੇ ਪਿੱਪਲ ਸਾਹਿਬ, ਗੋੜ ਸਾਹਿਬ, ਟਾਹਲੀ ਸਾਹਿਬ, ਜੰਡ ਸਾਹਿਬ, ਨਿੰਮ ਸਾਹਿਬ, ਜਾਮਨੂ ਸਾਹਿਬ, ਤੂਤ ਸਾਹਿਬ, ਬੇਰ ਸਾਹਿਬ, ਇਹ ਸਾਡੇ ਜਿਹੜੇ ਗੁਰੂ ਕੇ ਬਾਗ ਸੀ, ਇਹ ਜਿੱਥੇ ਫਲ ਅਤੇ ਫੁੱਲ ਛਾਂ ਸਾਹ ਮੰਜਾ ਪੀੜਾ 2.5 ਕੁਇੰਟਲ ਦਿੰਦੇ ਸਨ, ਉੱਥੇ ਨਾਲ ਦੀ ਨਾਲ ਜੜੀਆਂ ਬੂਟੀਆਂ ਗਰੀਬ ਲੋਕਾਂ ਦਾ ਪੰਸਾਰੀ ਇਹ ਨਹਿਰਾਂ ਸਨ। ਅੱਜ ਅਸੀਂ ਸੁਲਤਾਨ ਮਿੰਡ ਨਹਿਰ 'ਤੇ ਖੜ੍ਹੇ ਹਾਂ। ਆਹ ਪਿਛਲੇ ਬੰਨੇ ਤੁਹਾਨੂੰ ਦਿਖਾ ਰਹੇ ਹਾਂ, ਆਹ ਪੁਰਾਣੇ ਸਾਡੇ ਪਿੱਪਲ ਸਾਹਿਬ ਅਤੇ ਬੋੜ ਸਾਹਿਬ ਇੱਥੇ ਕਿੰਨੇ ਵੱਢੇ ਗਏ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਅਤੇ ਵੱਢਣ ਵਾਲਾ ਕੌਣ ਹੈ? ਬਾਬਾ ਕਸ਼ਮੀਰ ਸਿੰਘ ਭੂਰੀ ਵਾਲਾ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਜੋਕਾ ਬਣ ਕੇ ਪੌਣ ਗੁਰੂ ਨੂੰ ਚੰਬੜੀ ਹੋਈ ਹੈ। ਦੂਜੇ ਬੰਨੇ ਉਹ ਅਫਸਰ ਪ੍ਰਸ਼ਾਸਨ ਜਿਹੜੇ ਅੱਖਾਂ ਮਿੱਟੀ ਜਿਨ੍ਹਾਂ ਨੂੰ ਜਾ ਕੇ ਮਿਲ ਵੀ ਲਓ ਅਤੇ ਉਹ ਕਹਿੰਦੇ ਜੀ ਬਾਬਾ ਜੀ ਨੂੰ ਪੁੱਛ ਕੇ ਦੱਸਾਂਗੇ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਾਨੂੰਨ ਦੇ ਨਾਲ ਜੇ ਤੁਸੀਂ ਖਿਲਵਾੜ ਕਰ ਰਹੇ ਹੋ ਤਾਂ ਫਿਰ ਬਾਕੀ ਲੋਕਾਂ ਨੂੰ ਕੀ ਸਮਝਾ ਸਕਦੇ ਹੋ? ਆਹ ਪਰਲੇ ਬੰਨੇ ਵੀ ਪਟੜੀ ਬਣੀ, ਉੱਥੋਂ ਵੀ ਰੁੱਖ ਵੱਢੇ। ਅਸੀਂ ਉਸ ਵਕਤ ਇੱਕ ਚਿੱਠੀ ਵੀ ਲਿਖ ਕੇ ਦਿੱਤੀ ਜਿਹਦੇ ਵਿੱਚ ਕਾਰਵਾਈ ਲਈ ਅਸੀਂ ਪ੍ਰਸ਼ਾਸਨ ਨੂੰ ਲਿਖਿਆ, ਅੱਜ ਵੀ ਉਹ ਸਾਡੇ ਕੋਲ ਮੌਜੂਦ ਹੈ। ਔਰ ਉਹ ਰੁੱਖ ਵੱਢਣ ਤੋਂ ਬਾਅਦ ਜਿਹੜੇ ਨਵੇਂ ਲਾਏ ਨੇ ਉਹ ਪਲ ਗਏ ਨੇ, ਪਰ ਅਜੇ ਤੱਕ ਇਹਦੇ 'ਤੇ ਕਾਰਵਾਈ ਜਿਹੜੀ ਸੀ ਉਹ ਪ੍ਰਸ਼ਾਸਨ ਨੇ, ਅਫਸਰਾਂ ਨੇ, ਕਿਸੇ ਜੰਗਲਾਤ ਮਹਿਕਮੇ ਨੇ ਇਹਦੇ 'ਤੇ ਕੁਛ ਨਹੀਂ ਕੀਤਾ। ਅੱਜ ਅਸੀਂ ਸਰਕਾਰ ਨੂੰ ਫਿਰ ਕਹਿ ਰਹੇ ਹਾਂ ਕਿ ਆਹ ਜਿਹੜੇ ਹੁਣ ਆ ਜਿਹੜੀ ਨਹਿਰ ਸੀ ਇਹ ਰੁੱਖਾਂ ਨਾਲ ਭਰੀ ਹੋਈ ਸੀ, ਉਹ ਅੱਗੇ ਤੱਕ ਕੱਖ ਨਹੀਂ ਦਿਸਦਾ ਸਿਵਾਏ ਦਰਖਤਾਂ ਤੋਂ। ਔਰ ਪਸ਼ੂ ਪੰਛੀ ਜਾਨਵਰ ਹਰ ਤਰ੍ਹਾਂ ਦੀ ਇੱਥੇ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਸਾਹ ਵੀ ਮਿਲਦਾ, ਛਾਂ ਮਿਲਦੀ ਹੈ, ਅਤੇ ਗਰੀਬ ਲੋਕਾਂ ਦਾ ਪੰਸਾਰੀ ਘਰ ਇਹ ਸੀ। ਇੱਥੋਂ ਜੜੀਆਂ ਬੂਟੀਆਂ ਵੀ ਉਹ ਲੈ ਕੇ ਜਾਂਦੇ ਸਨ ਜਿਹੜੀਆਂ ਕਿ ਅੱਜ ਕਾਰ ਸੇਵਾ ਦੇ ਨਾਂ 'ਤੇ ਬਿਲਕੁਲ ਰੋਡੀ ਭੋਡੀ ਨਹਿਰ ਬਣਾ ਦਿੱਤੀ। ਜੇ ਤੁਸੀਂ ਦਰਖਤ ਕਹੋ ਕਿ ਬਾਬਾ ਜੀ ਨੇ ਲਾਏ ਅਤੇ ਬਾਬਾ ਜੀ ਨੇ ਲੱਗੇ ਦਰਖਤ ਕਿਉਂ ਪੁੱਟੇ? ਔਰ ਪਿੱਪਲ ਬੋੜ ਜਿਨ੍ਹਾਂ ਦੀ ਤੁਸੀਂ ਵੇਰਵਾ ਸਾਡੇ ਤੋਂ ਲੈ ਸਕਦੇ ਹੋ, ਇਹ ਸਾਹ ਕਿੰਨਾ ਦਿੰਦੇ ਆ, ਇਹ ਪਾਣੀ ਕਿੰਨਾ ਦਿੰਦੇ ਆ, ਇਹ ਫਲ ਕਿੰਨੇ ਦਿੰਦੇ ਨੇ, ਇਹ ਮੈਡੀਸਨ ਕਿੰਨੀ ਦਿੰਦੇ ਨੇ, ਆਹ ਨਹਿਰ ਰੁੜ ਜਾਏ ਇਹਨੂੰ ਬਚਾਉਣ ਵਾਲੇ ਵੀ ਆ ਦਰਖਤ ਨੇ। ਪਰ ਇੱਥੇ ਰੋਡੀ ਭੋਡੀ ਨਹਿਰ ਕਰ ਦਿੱਤੀ ਅਤੇ ਕੁਹਾੜਾ ਬਾਬਿਆਂ ਦਾ ਅੱਗੇ ਵੀ ਚੱਲ ਰਿਹਾ ਹੈ।
ਪਰਲੇ ਬੰਨੇ ਰੁੱਖ ਵੱਢ ਕੇ ਉਹ ਪੱਥਰ ਦਾ ਗੇਟ ਬਣਾਉਣ ਦੀ ਕੀ ਲੋੜ ਸੀ ਇੱਥੇ ਭਲਾ? ਸੈਰਗਾਹ ਦੀ ਡੰਡੀ ਪੱਗ ਡੰਡੀ ਟੇਢੀ ਹੋ ਸਕਦੀ ਹੈ, ਸਿੱਧੀ ਰੱਖਣ ਦੀ ਲੋੜ ਨਹੀਂ, ਪੈਦਲ ਜਾਣਾ ਹੈ, ਪਰ ਪੱਗ ਡੰਡੀ ਸਿੱਧੀ ਕਰਨ ਦੇ ਚੱਕਰ 'ਚ ਜਿੰਨੇ ਦਰਖਤ ਆਉਂਦੇ ਨੇ ਸਾਰੇ ਪੁੱਟ ਸੁੱਟੇ ਆ। ਅਤੇ ਬੇਨਤੀ ਕਰਦਾ ਹੈ ਸਰਕਾਰ ਨੂੰ ਵੀ ਸਾਡਾ ਹੋਕਾ ਪਾਉਣ ਗੁਰੂ ਅਤੇ ਕਾਨੂੰਨ, ਗੁਰੂ ਨਾਨਕ ਦੇ ਵਚਨ ਅਤੇ ਕਾਨੂੰਨ ਨੂੰ ਮੁੱਖ ਰੱਖ ਕੇ ਇੱਧਰ ਤਵੱਜੋ ਦਿੱਤੀ ਜਾਏ। ਜਿਹੜੇ ਗੈਰ ਕਾਨੂੰਨੀ ਦਰਖਤਾਂ ਦੀ ਕਟਾਈ ਵਢਾਈ ਕੀਤੀ ਜਾ ਰਹੀ ਹੈ, ਇਸ ਪੰਜਾਬ ਦੇ ਲੋਕਾਂ ਤੋਂ ਆਕਸੀਜਨ ਖੋਹ ਕੇ ਉਹਨਾਂ ਨੂੰ ਉਹ ਰੁੱਖ ਲਾ ਕੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੀ ਛਾਂ ਵੀ ਨਾ ਮਿਲੇ ਅਤੇ ਜਿਨ੍ਹਾਂ ਦੇ ਫਲ ਵੀ ਨਾ ਹੋਣ, ਜਿਨ੍ਹਾਂ ਨੂੰ ਫੁੱਲ ਨਾ ਲੱਗਣ, ਜਿਨ੍ਹਾਂ 'ਤੇ ਪੰਛੀ ਕੋਈ ਆਲ੍ਹਣਾ ਤੱਕ ਨਾ ਬਣਾ ਕੇ ਬੈਠ ਸਕਣ। ਇਸ ਲਈ ਤਵੱਜੋ ਦਿਓ। ਨਾਲੇ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇ ਇੱਥੇ ਪੱਗ ਡੰਡੀਆਂ ਦੇ ਕੰਮ ਭੂਰੀ ਵਾਲੇ ਬਾਬੇ ਨੇ ਹੀ ਕਰਨੇ ਆ ਤਾਂ ਫਿਰ ਅੰਮ੍ਰਿਤਸਰ ਸਾਹਿਬ ਦੇ 85 ਤੁਸੀਂ MC ਚੁਣਦੇ ਮੇਅਰ ਲਾਉਂਦੇ ਹੋ, ਉਹਨਾਂ 'ਤੇ ਕਰੋੜਾਂ ਰੁਪਈਆ ਇਲੈਕਸ਼ਨ 'ਤੇ ਲਾਉਂਦੇ ਹੋ, ਕਰੋੜਾਂ ਰੁਪਈਏ ਉਹਨਾਂ ਨੂੰ ਤਨਖਾਹ ਦਿੰਦੇ ਹੋ, ਇਹਨਾਂ ਸਾਰਿਆਂ ਦੀ ਚੋਣ ਬੰਦ ਕਰਕੇ ਮੇਅਰ ਹਟਾ ਦਿਓ। ਇਹ ਸਾਰਾ ਪ੍ਰਬੰਧ ਤੁਸੀਂ ਬਾਬੇ ਭੂਰੀ ਵਾਲੇ ਨੂੰ ਦੇ ਦਿਓ। ਨਾਲੇ ਕਾਰ ਸੇਵਾ ਦੇ ਪੈਸੇ ਤਾਂ ਉੱਧਰ ਜਾ ਹੀ ਰਹੇ ਨੇ, ਘੱਟੋ ਘੱਟ ਜਿਹੜੇ ਤੁਸੀਂ MC ਦੀਆਂ ਚੋਣਾਂ 'ਤੇ ਤਨਖਾਹਾਂ 'ਤੇ ਭੱਤਿਆਂ 'ਤੇ ਹੋਰ ਖਰਚ ਰਹੇ ਹੋ, ਇਹ ਪੈਸੇ ਦੇ ਨਾਲ ਪੰਜਾਬ ਦਾ 3.5 ਲੱਖ ਦਾ ਕਰੋੜ ਦਾ ਕਰਜ਼ਾ ਵੀ ਲੱਥ ਸਕਦਾ ਹੈ। ਇਹ ਹੁਣ ਸਰਕਾਰ ਸੋਚੇ। ਅਗਰ ਜੇ ਤੁਸੀਂ ਨਹੀਂ ਹਟੇ ਤਾਂ ਫਿਰ ਅਸੀਂ ਆਪਣੇ ਇਸ ਜਿਹੜੀ ਆਵਾਜ਼ ਦੇ ਰਹੇ ਇਹਨੂੰ ਹੋਰ ਤੇਜ਼ ਕਰਾਂਗੇ। ਫਿਰ ਚੀਕਾ ਨਾ ਮਾਰਿਓ, ਅੰਨੇ ਭਗਤਾਂ ਨੇ ਬਹੁਤ ਦੁਆਲੇ ਹੋਣਾ ਹੈ। ਇਹ ਬਾਬਾ ਜੀ ਦੀ ਬੇਇੱਜ਼ਤੀ ਕਰਤੀ, ਬਾਬਾ ਜੀ ਦੀ ਨਰਾਦਰੀ ਕਰਤੀ। ਅਸੀਂ ਵਾਰ ਵਾਰ ਕਹਿੰਦੇ ਅਸੀਂ ਕਿਸੇ ਦੇ ਵਿਰੋਧੀ ਨਹੀਂ, ਪਰ ਪੌਣ ਗੁਰੂ ਪੜ੍ਹਦੇ ਨੇ ਰੋਜ਼ ਬਾਬਾ ਜੀ, ਅਤੇ ਫਿਰ ਪੌਣ ਗੁਰੂ 'ਤੇ ਕਵਾੜਾ ਫੇਰਨ ਲੱਗੇ ਸੋਚ ਲਿਆ ਕਰੋ ਵੀ ਗੁਰੂ ਨਾਨਕ ਦੇ ਵਾਰਸ ਹੋ ਕੇ ਅਤੇ ਗੁਰੂ ਨਾਨਕ ਦੇ ਖਿਲਾਫ਼ ਹੀ ਕਵਾੜਾ ਚੱਕੀ ਫਿਰਦੇ ਹੋ। ਕਿਸੇ ਗੁਰਦੁਆਰੇ 'ਚ ਦਰਖਤ ਨਹੀਂ ਰਹਿਣ ਦਿੱਤੇ, ਪੱਥਰ ਹੀ ਪੱਥਰ ਦਾ ਕੰਮ ਕਰ ਦਿੱਤਾ ਹੈ। ਅਤੇ ਵਾਰ ਵਾਰ ਬੇਨਤੀ ਕਰਦਾ ਸੰਗਤ ਨੂੰ, ਸੁਚੇਤ ਹੋਇਓ, ਇਹ ਨਾ ਆਖੀ ਜਾਓ ਆ ਸੈਰ ਕਰ ਲਈ ਪਟੜੀ ਬੜੀ ਸੋਹਣੀ ਬਣਾ ਦਿੱਤੀ ਹੈ, ਤੁਹਾਡੀ ਜਖਣਾ ਵੀ ਪੁੱਟੀ ਜਾ ਰਹੀ। ਫਿਰ ਆਹ ਜਿਹੜੀ ਸਾਫ਼ ਸਫਾਈ ਕਰਕੇ ਇੱਥੇ ਖੋਖੇ ਲੱਗਣਗੇ, ਇੱਥੇ ਕੌਫੀ ਹੱਟ ਖੁੱਲ੍ਹਣਗੇ, ਕਿਹਦੇ? ਬਾਬੇ ਅਤੇ ਬਾਬੇ ਦੇ ਚਹੇਤਿਆਂ ਦੇ ਜਾਂ ਲੀਡਰਾਂ ਦੇ ਚਹੇਤਿਆਂ 'ਤੇ? ਅਤੇ ਜੇ ਬੇਰੁਜ਼ਗਾਰਾਂ ਨੂੰ ਤੁਸੀਂ ਕੁਛ ਦੇ ਰਹੇ ਹੋ ਵੀ ਪਟੜੀਆਂ ਬਣਾ ਕੇ ਅਸੀਂ ਲੋਕਾਂ ਨੂੰ ਸਾਧਨ ਦੇ ਰਹੇ ਨੇ ਪੈਸੇ ਕਮਾ ਸਕਣ, ਅਤੇ ਫਿਰ ਮੈਨੂੰ ਇਹ ਦੱਸਿਓ ਵੀ ਕਿਹੜੇ ਦਿਨ ਤੁਸੀਂ ਪਰਚੀਆਂ ਪਾਈਆਂ ਸੀ ਬੇਰੁਜ਼ਗਾਰਾਂ ਦੀਆਂ ਵੀ ਜਿਹਦੀ ਨਿਕਲੂ ਉਹ ਇੱਥੇ ਆ ਕੇ ਸਰਕਾਰ ਨਾਲ ਪਟਾ ਕਰਕੇ ਲੀਜ 'ਤੇ ਜਗ੍ਹਾ ਲੈ ਕੇ ਅਤੇ ਉਹ ਆਪਣਾ ਕੰਮ ਚਲਾ ਲੂ? ਦੱਸ ਦਿਓ। ਅਸੀਂ ਪਿਛਲੇ ਦਿਨ ਹੀ ਇੱਕ ਇਹ ਗੱਲ ਆਖੀ ਵੀ ਸਾਨੂੰ ਪਰਲੀ ਪੱਟੀ ਸਾਨੂੰ ਦਿਓ, ਅਸੀਂ ਇੱਕ ਵੀ ਦਰਖਤ ਨਹੀਂ ਵੱਢਾਂਗੇ, ਟਾਹਣੀ ਵੀ ਨਹੀਂ ਟੁੱਟਣ ਦਿਆਂਗੇ। ਔਰ ਬੜੀ ਸੁਹਿਰਦਤਾ ਨਾਲ ਗੁਰੂ ਹਰ ਰਾਏ ਸਾਹਿਬ ਜੀ ਦੇ ਨਾਂ 'ਤੇ ਹਰੀ ਪੱਟੀ ਬਣਾ ਦਿਆਂਗੇ ਜਿਹਦੇ ਵਿੱਚ ਤੁਹਾਨੂੰ ਪਿੱਪਲ, ਬੋਰ, ਲਸੂੜੇ, ਤੂਤ, ਬੇਰ, ਜਾਮਨੂ ਹਰ ਤਰ੍ਹਾਂ ਦੇ ਦਰਖਤ ਮਿਲਣਗੇ। ਅਤੇ ਜਿਹੜੀ ਥੱਲੇ ਜ਼ਮੀਨ ਆ ਉਹਦੇ ਵਿੱਚ ਗੁਲਾਬਾਸੀ, ਅੱਕ, ਉੱਥੇ ਹਰ ਤਰ੍ਹਾਂ ਦੇ ਕਰੰਜੂਏ, ਮੈਡੀਸਨ ਜਿਹੜੀ ਅੱਜ ਕੰਮ ਕਰਦੀ ਹੈ ਦਵਾਈ, ਉਹ ਵੀ ਤੁਹਾਨੂੰ ਪੰਸਾਰੀ ਉੱਥੋਂ ਮਿਲੂ। ਅਤੇ ਸਾਨੂੰ ਉਹ ਅਫਸਰਸ਼ਾਹੀ ਜਵਾਬ ਦਿੰਦੀ ਸੀ ਇਹ ਬਾਬਾ ਜੀ ਕੋਲ ਪੁੱਛ ਕੇ ਦੱਸਿਆ ਜਾਊ। ਅਤੇ ਮਾਨ ਸਾਹਿਬ ਇਹ ਵੀ ਦੱਸ ਦਿਓ ਕਿ ਅੰਮ੍ਰਿਤਸਰ ਸਾਹਿਬ ਦਾ ਪ੍ਰਬੰਧ ਤੁਹਾਡੇ ਕੋਲ ਹੈ ਜਾਂ ਕਿਸੇ ਹੋਰ ਕੋਲ ਹੈ? ਅਤੇ ਜੇ ਕੰਮ ਬਾਬਿਆਂ ਨੇ ਕਰਨੇ ਫਿਰ ਚੋਣਾਂ ਬੰਦ ਕਰੋ ਅਤੇ ਇਹ ਬਾਬਿਆਂ ਨੂੰ ਦਿਓ ਸਾਰਾ, ਕਿਉਂਕਿ ਕਾਰ ਸੇਵਾ ਦਾ ਪੈਸਾ ਉਹਨਾਂ ਤੋਂ ਹੈਗਾ। ਫਿਰ ਸਰਕਾਰੀ ਪੈਸਾ ਜਿਹੜਾ ਹੈ ਉਹਦੇ ਨਾਲ ਪੰਜਾਬ ਦਾ ਕਰਜ਼ਾ ਲਾਇਆ ਜਾਏ।
ਤੇ ਜਿੱਥੇ ਜਿੱਥੇ ਹੋਰ ਲੋੜ ਹੈ ਜੰਗਲਾਤ ਵਿਭਾਗ ਸੁੱਤਾ ਪਿਆ ਇਹਨਾਂ ਨੂੰ ਥੋੜਾ ਹਲੂਣਾ ਦਿਓ ਇਹ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਚੂਗਾ ਤੇ ਜਿਉਂਦੇ ਰਹੋਗੇ ਨਹੀਂ ਤਾਂ ਮਾਰੇ ਜਾਓਗੇ ਕਰੋਨੇ ਵਿੱਚ ਵੀ ਤੁਸੀਂ ਆਕਸੀਜਨ ਘਟੀ ਤਾਂ ਮਰੇ ਅੱਜ ਵੀ ਜੇ ਦਰਖਤ ਨਾ ਰਹੇ ਤੇ ਤੁਹਾਡੇ ਸੁੱਤਿਆਂ ਦੇ ਸਾਹ ਮੁੱਕ ਜਾਣੇ ਨੇ ਕਿਉਂਕਿ ਤੁਸੀਂ ਸਾਹ ਦੇਣ ਵਾਲਿਆਂ ਦੇ ਮਗਰ ਪੈ ਗਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।